ਸਤਿ ਸ਼੍ਰੀ ਅਕਾਲ, ਮੇਰਾ ਨਾਮ ਸਤਵੀਰ ਕੌਰ ਆ। ਅਸੀਂ ਸਾਰੇ ਇੱਥੇ ਨਨਕਾਣਾ ਸਾਹਿਬ ਦਰਸ਼ਨ ਮੇਲੇ ਕਰਨ ਆਏ ਹਾਂ। ਇੱਥੋਂ ਦੀ ਪੁਲਿਸ ਨੇ ਬਹੁਤ ਵਧੀਆ ਸਾਡੇ ਨਾਲ ਬਿਹੇਵ ਕੀਤਾ ਵਾ, ਬਹੁਤ ਵਧੀਆ ਅਰੇਂਜਮੈਂਟ ਆ। ਅਸੀਂ ਕਿਤੇ ਵੀ ਜਾਂਦੇ ਸਾਡੇ ਨਾਲ ਸਿਕਿਉਰਿਟੀ ਹੁੰਦੀ ਆ, ਰੂਮ ਅਰੇਂਜਮੈਂਟ ਬਹੁਤ ਵਧੀਆ ਵਾ। ਮਤਲਬ ਸਾਨੂੰ ਲੱਗ ਨਹੀਂ ਰਿਹਾ ਅਸੀਂ ਕਿਤੇ ਹੋਰ ਜਗ੍ਹਾ 'ਤੇ ਆਏ ਹਾਂ ਜਾਂ ਇਨਸਿਕਿਉਰ ਨਹੀਂ ਫੀਲ ਕਰ ਰਹੇ, ਬਹੁਤ ਵਧੀਆ ਫੀਲ ਕਰ ਰਹੇ। ਮੈਂ ਦਿੱਲੀ ਨਿਵਾਸੀ ਮਿਸਿਸ ਸਬਰਵਾਲ, ਸਪੈਸ਼ਲੀ ਮੈਂ ਇਸ ਕਰਕੇ ਆਈ ਹਾਂ ਕਿਉਂਕਿ ਇੱਥੋਂ ਦੀ ਜਿਹੜੀ ਪੁਲਿਸ ਨੇ ਮੈਨੂੰ ਬਹੁਤ ਵਧੀਆ, ਮਤਲਬ ਆਈ ਡੋਂਟ ਹੈਵ ਵਰਡਸ ਟੂ ਐਕਸਪਲੇਨ ਮਾਈ ਫੀਲਿੰਗ, ਸੋ ਗੁੱਡ, ਸੋ ਅਨਬਿਲੀਵਲ। ਇਹਨਾਂ ਲੋਕਾਂ ਨੇ ਮੇਰੀ ਸੇਵਾ ਕੀਤੀ ਹੈ, ਵੀਲ ਚੇਅਰ ਲੈ ਕੇ ਕਰ, ਸਭ ਕੁਛ ਕਰ, ਉਹਨਾਂ ਨੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ। ਮੈਂ ਦਿੱਲੀ ਤੋਂ ਆਈ, ਸੋਚਿਆ ਮੈਂ ਕਿ ਕਾਫੀ ਮੈਨੂੰ ਪ੍ਰੋਬਲਮਾਂ ਹੋਈਆਂ, ਇੱਥੇ ਤਾਂ ਮੈਨੂੰ ਘਰ ਤੋਂ ਵੱਧ ਸੁੱਖ ਮਿਲਿਆ। ਪਰਮਾਤਮਾ ਇਹਨਾਂ ਨੂੰ ਬਹੁਤ ਜ਼ਿਆਦਾ ਤਰੱਕੀਆਂ ਦੇ। ਜੀ, ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਪਾਕਿਸਤਾਨ ਸਰਕਾਰ ਦੇ, ਜਿਨ੍ਹਾਂ ਨੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਵੀਜ਼ੇ ਦਿੱਤੇ ਆ। ਇੱਥੋਂ ਦੀ ਪੰਜਾਬ ਪੁਲਿਸ ਨਨਕਾਣਾ ਸਾਹਿਬ, ਉਹਨਾਂ ਦਾ ਵੀ ਬੜਾ ਵਧੀਆ ਪ੍ਰਬੰਧ ਹੈ, ਬੜਾ ਵਧੀਆ ਸਿਕਿਉਰਿਟੀ ਹੈ ਉਹਨਾਂ ਦੀ। ਪੰਜਾਬ ਪੁਲਿਸ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਅਸੀਂ ਪੰਜਾਬ 'ਚੋਂ ਆਏ ਹਾਂ, ਇੱਧਰ ਪੰਜਾਬ ਪੁਲਿਸ ਕਿਹੜੀ ਤੁਹਾਡੀ, ਇੱਧਰ ਹੀ ਨਨਕਾਣਾ ਸਾਹਿਬ ਦੀ ਸਾਨੂੰ ਬਹੁਤ ਵਧੀਆ ਹੈਂਡਲ ਕਰ ਰਹੇ ਆ, ਬਹੁਤ ਵਧੀਆ ਸਿਕਿਉਰਿਟੀ ਆ, ਕੋਈ ਦਿੱਕਤ ਨਹੀਂ ਆ ਰਹੀ ਸਾਨੂੰ, ਬਹੁਤ ਵਧੀਆ ਪਿਆਰ ਮਿਲਿਆ ਇਹਨਾਂ ਤੋਂ। ਮੈਂ ਪਾਕਿਸਤਾਨ ਜਥੇ 'ਚ ਆਇਆ ਅਤੇ ਮੈਂ ਪੰਜਾਬ ਤੋਂ ਆਇਆ ਵਾਂ ਇੰਡੀਆ ਤੋਂ, ਅਤੇ ਉਰੇ ਦੀ ਪੰਜਾਬ ਪੁਲਿਸ ਨੇ ਸਾਡੇ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ, ਇਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਔਰ ਇੱਥੇ ਸਾਡਾ ਬਹੁਤ ਪਿਆਰ ਅਤੇ ਸਤਿਕਾਰ ਨਾਲ, ਆਦਰ ਮਾਣ ਨਾਲ ਇੱਥੇ ਰਹਿਣ ਦਾ ਬਸੇਰਾ ਕੀਤਾ ਹੋਇਆ। ਪੰਜਾਬ ਪੁਲਿਸ ਨੇ ਬਹੁਤ ਚੰਗੀ ਤਰ੍ਹਾਂ ਸਿਕਿਉਰਿਟੀ ਦੀ ਡਿਊਟੀ ਨਿਭਾਈ ਹੈ ਅਤੇ ਅਸੀਂ ਇਸ ਤੋਂ ਤਹਿ ਦਿਲੋਂ ਖੁਸ਼ ਹਾਂ।